Hello everybody, myself Yudhvinder Singh, hockey coach, Department of Sports Punjab. आज हमें बहुत खुशी हो रही है, इंडियन हॉकी टीम ने सेमीफाइनल्स में जगह बनाई है और बहुत अच्छा खेले हैं. पूरी टीम ने बहुत जोर लगाया और श्री जेस की क्या बात है, बहुत अच्छा खेल रहे और मैं पूरी टीम पर बहुत हम लोग बहुत प्राउड कर रहे हैं. ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀਆਂ ਕੋਸ਼ਿਸ਼ਾਂ ਸਦਕਾ ਹੁਣ ਪੰਜਾਬ ਸਿਹਤਮੰਦ ਬਣ ਰਿਹਾ, ਜਿਸ ਦੇ ਚਲਦਿਆਂ ਸੂਬੇ ਦੀਆਂ ਪਾਰਕਾਂ 'ਚ ਰੋਜ਼ਾਨਾ ਸਵੇਰੇ ਸ਼ਾਮ ਲੋਕ ਯੋਗਾ ਕਰਦੇ ਦਿਖਾਈ ਦੇ ਰਹੇ ਨੇ. ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਵੱਲੋਂ ਸ਼ੁਰੂ ਕੀਤੀ ਸੀਐਮ ਦੀ ਯੋਗਸ਼ਾਲਾ ਜਨ ਮੁਹਿੰਮ ਬਣ ਗਈ ਹੈ. ਇੱਕ ਮਿਸ ਕਾਲ ਮਾਰਨੀ ਹੈ ਤੁਸੀਂ, ਅਸੀਂ ਤੁਹਾਡੇ ਕੋਲ ਯੋਗਾ ਦਾ ਟੀਚਰ ਭੇਜਾਂਗੇ, ਉਹ ਤੁਹਾਨੂੰ ਉੱਥੇ ਯੋਗਾ ਕਰਾਊਗਾ ਔਰ ਤੁਹਾਡੇ ਆਲੇ ਦੁਆਲੇ ਕੋਈ ਹੋਊਗਾ ਕੋਈ ਨਾ ਕੋਈ, ਔਰ ਅਸੀਂ ਫ੍ਰੀ ਦੇ ਵਿੱਚ ਉਹ ਭੇਜਾਂਗੇ ਅਤੇ ਤੁਸੀਂ ਮਹੀਨੇ ਦੋ ਮਹੀਨੇ 'ਚ ਤੁਸੀਂ ਆਪਣੇ ਸਿਹਤ ਪੱਖੋਂ ਵੀ ਫਰਕ ਨਜ਼ਰ ਆਊਗਾ, ਕਿਉਂਕਿ ਅਸੀਂ ਚਾਹੁੰਦੇ ਹਾਂ ਕਿ ਪੰਜਾਬ ਸਿਹਤਮੰਦ ਰਹੇ. ਇਸ ਮੁਹਿੰਮ ਤਹਿਤ ਪੰਜਾਬ ਭਰ ਦੇ ਜ਼ਿਲ੍ਹਿਆਂ 'ਚ 3,000 ਤੋਂ ਜ਼ਿਆਦਾ ਯੋਗ ਕਲਾਸਾਂ ਚੱਲ ਰਹੀਆਂ, ਜਿਸ 'ਚ ਰੋਜ਼ਾਨਾ 80,000 ਤੋਂ ਵੱਧ ਲੋਕ ਯੋਗ ਕਰ ਰਹੇ ਨੇ ਅਤੇ ਬਿਮਾਰੀਆਂ ਨੂੰ ਦੂਰ ਪਜਾ ਰਹੇ ਨੇ. ਮੇਰਾ ਨਾਮ ਅਨਿਲ ਸਲੂਜਾ ਹੈ, ਮੈਂ ਪੰਜਾਬ ਸਰਕਾਰ ਦਾ ਬਹੁਤ ਧੰਨਵਾਦੀ ਹਾਂ, ਜਿਹੜੀ ਸੀਐਮ ਦੀ ਯੋਗਸ਼ਾਲਾ ਇਹਨਾਂ ਨੇ ਸ਼ੁਰੂ ਕੀਤੀ ਹੈ. ਬਹੁਤ ਅੱਛਾ ਇਨੀਸ਼ੀਏਟਿਵ ਹੈ, ਇਹ ਤੁਹਾਡੀ ਸਿਹਤ ਨੂੰ ਆਪਣੇ ਤਨ ਨੂੰ ਮਨ ਨੂੰ ਸਵਸਥ ਰੱਖਣ ਲਈ ਸਭ ਤੋਂ ਗੁੱਡ ਇਨੀਸ਼ੀਏਟਿਵ ਹੈ. ਇਸ ਮੁਹਿੰਮ ਤਹਿਤ ਜਿੱਥੇ ਲੋਕ ਮਾਨਸਿਕ ਅਤੇ ਸਰੀਰਕ ਤੰਦਰੁਸਤ ਹੋ ਰਹੇ ਨੇ, ਉੱਥੇ ਹੀ ਤਜਰਬੇਕਾਰ ਟ੍ਰੇਨਰਾਂ ਨੂੰ ਰੋਜ਼ਗਾਰ ਵੀ ਮਿਲ ਰਿਹਾ. ਮੇਰਾ ਨਾਮ ਜੋਤੀ ਕੌਰ ਹੈ ਤੇ ਮੈਨੂੰ 1.5 ਸਾਲ ਹੋ ਚੁੱਕਿਆ ਹੈ. ਮੈਂ ਹਰ ਇੱਕ ਵਰਗ ਦੇ ਲੋਕਾਂ ਨੂੰ ਯੋਗਾ ਸਿਖਾ ਰਹੀ ਹਾਂ. ਅਸਥਮਾ ਦੀ ਪ੍ਰੋਬਲਮ, ਸਰਵਾਈਕਲ ਦੀ ਪ੍ਰੋਬਲਮ, ਮੋਟਾਪੇ ਦੀ ਪ੍ਰੋਬਲਮ ਸੀ, ਸ਼ੂਗਰ ਦੀ ਪ੍ਰੋਬਲਮ ਸੀ, ਬੀਪੀ 2.5 ਹੁੰਦਾ ਸੀ, ਉਹਨਾਂ ਦੀ ਕਾਫੀ ਬਿਮਾਰੀਆਂ ਦੂਰ ਹੋਈਆਂ. ਬਹੁਤ ਅੱਛਾ ਖੇਡਿਆ ਲੜਕੇ, ਔਰ ਹਮ ਆਸ ਕਰਤੇ ਹੈ ਕਿ ਇੰਡੀਆ ਫਾਈਨਲ ਮੇਂ ਜਗ੍ਹਾ ਬਣਾਏ ਔਰ ਗੋਲਡ ਲੇਕਰ ਆਏ, ਔਰ ਹਮਾਰੀ ਸਭ ਕੀ ਸ਼ੁਭਕਾਮਨਾਏ ਇੰਡੀਅਨ ਹਾਕੀ ਟੀਮ ਕੇ ਸਾਥ ਹੈ. ਆਈ ਐਮ ਵੈਰੀ ਪ੍ਰਾਊਡ ਆਫ ਹਰਮਨਪ੍ਰੀਤ ਸਿੰਘ, ਜਿਸੇ ਮੈਂ ਪਿਆਰ ਸੇ ਅਰਜੁਨ ਵੀ ਬੋਲਤਾ ਹੂੰ, ਔਰ ਆਈ ਲਵ ਹਿਮ. ਗੋਡ ਬਲੈਸ ਯੂ ਗਾਇਜ਼ ਐਂਡ ਇੰਡੀਅਨ ਹਾਕੀ ਟੀਮ. ਅੱਜ ਭਾਰਤੀ ਹਾਕੀ ਟੀਮ ਦੀ ਓਲੰਪਿਕ ਦੇ ਵਿੱਚ ਗ੍ਰੇਟ ਬ੍ਰਿਟੇਨ ਦੇ ਵਿਰੁੱਧ ਇੱਕ ਬਹੁਤ ਹੀ ਵੱਡੀ ਜਿੱਤ ਅੱਜ ਅਸੀਂ ਦੇਖੀ, ਔਰ ਇਹਦੇ ਵਿੱਚ 8-10 ਖਿਡਾਰੀਆਂ ਨਾਲ ਖੇਡਦੇ ਹੋਏ ਇੱਕ ਅਰੇ ਨੂੰ ਕਾਰਡ ਮਿਲਣ ਤੋਂ ਬਾਵਜੂਦ ਵੀ ਬਹੁਤ ਵਧੀਆ ਖੇਡੀ, ਬਹੁਤ ਟੀਮ ਖੇਡੀ. ਇਹਦੇ ਵਿੱਚ ਖਿਡਾਰੀਆਂ ਦਾ ਬਹੁਤ ਵੱਡਾ ਯੋਗਦਾਨ ਹੈ. ਇਹਦੇ ਵਿੱਚ ਸ਼ਰਜੇਸ਼ ਗੋਲਕੀਪਰ ਹੈ, ਇਹਦੀ ਜਿਹੜੀ ਅੱਜ ਦਾ ਰੋਲ ਸੀ ਬਹੁਤ ਪ੍ਰਭਾਵਿਤ ਸੀ, ਉਹਨੇ ਬਹੁਤ ਸਾਰੇ ਪਲੰਟੀ ਕੋਰਨਰ ਬਚਾਏ ਇਹਦੇ ਵਿੱਚ, ਅਤੇ ਸ਼ੂਟ ਆਊਟ ਦੇ ਵਿੱਚ ਵੀ ਇਹਨਾਂ ਜਿਤਾਇਆ. ਅਤੇ ਇਹਦੇ ਵਿੱਚ ਸਾਡੇ ਪੰਜਾਬ ਦੇ ਜੋ ਓਲੰਪੀਅਨ ਸੁਰਜੀਤ ਹਾਕੀ ਅਕੈਡਮੀ ਜਲੰਧਰ ਹੈ, ਇਹਦੇ ਵੀ 6 ਖਿਡਾਰੀ ਖੇਡ ਰਹੇ ਸੀ, ਜਿਹਨਾਂ 'ਚੋਂ ਹਰਮਨਪ੍ਰੀਤ ਕੈਪਟਨ, ਮਨਪ੍ਰੀਤ, ਹਾਰਦਿਕ, ਜਰਮਨਪ੍ਰੀਤ, ਸ਼ਮਸ਼ੇਰ ਸਿੰਘ ਅਤੇ ਮਨਦੀਪ ਸਿੰਘ. ਸੋ ਇੱਕ ਭਾਰਤੀ ਹਾਕੀ ਟੀਮ ਲਈ ਬਹੁਤ ਹੀ ਅੱਜ ਦਾ ਦਿਨ ਬਹੁਤ ਵਧੀਆ ਸੀਗਾ. ਸ਼ੁਕਰੀਆ ਜੀ. ਹੈਲੋ ਐਵਰੀਬਡੀ, ਮਾਈਸੈਲਫ ਯੁਧਵਿੰਦਰ ਸਿੰਘ, ਹਾਕੀ ਕੋਚ, ਡਿਪਾਰਟਮੈਂਟ ਆਫ ਸਪੋਰਟਸ ਪੰਜਾਬ. ਅੱਜ ਮੈਂ ਬਹੁਤ ਖੁਸ਼ੀ ਹੋ ਰਹੀ ਹੈ, ਇੰਡੀਅਨ ਹਾਕੀ ਟੀਮ ਨੇ ਸੈਮੀਫਾਈਨਲਸ ਮੇਂ ਜਗ੍ਹਾ ਬਣਾਈ ਹੈ ਔਰ ਬਹੁਤ ਅੱਛਾ ਖੇਲੇ ਹੈ. ਪੂਰੀ ਟੀਮ ਨੇ ਬਹੁਤ ਜ਼ੋਰ ਲਗਾਇਆ ਔਰ ਸ਼੍ਰੀ ਜੇਸ ਕੀ ਕਿਆ ਬਾਤ ਹੈ, ਬਹੁਤ ਅੱਛਾ ਖੇਲੇ ਔਰ ਮੈਂ ਪੂਰੀ ਟੀਮ ਪਰ ਬਹੁਤ ਹਮ ਲੋਕ ਬਹੁਤ ਪ੍ਰਾਊਡ ਕਰ ਰਹੇ ਹੈ. ਬਹੁਤ ਅੱਛਾ ਖੇਲੇ ਹੈ ਲੜਕੇ, ਔਰ ਹਮ ਆਸ ਕਰਤੇ ਹੈ ਕਿ ਇੰਡੀਆ ਫਾਈਨਲ ਮੇਂ ਜਗ੍ਹਾ ਬਣਾਏ ਔਰ ਗੋਲਡ ਲੇਕਰ ਆਏ, ਔਰ ਹਮਾਰੀ ਸਭ ਕੀ ਸ਼ੁਭਕਾਮਨਾਏ ਇੰਡੀਅਨ ਹਾਕੀ ਟੀਮ ਕੇ ਸਾਥ ਹੈ. ਆਈ ਐਮ ਵੈਰੀ ਪ੍ਰਾਊਡ ਆਫ ਹਰਮਨਪ੍ਰੀਤ ਸਿੰਘ, ਜਿਸੇ ਮੈਂ ਪਿਆਰ ਸੇ ਅਰਜੁਨ ਵੀ ਬੋਲਤਾ ਹੂੰ, ਔਰ ਆਈ ਲਵ ਹਿਮ. ਗੋਡ ਬਲੈਸ ਯੂ ਗਾਇਜ਼ ਐਂਡ ਇੰਡੀਅਨ ਹਾਕੀ ਟੀਮ. ਅੱਜ ਭਾਰਤੀ ਹਾਕੀ ਟੀਮ ਦੀ ਓਲੰਪਿਕ ਦੇ ਵਿੱਚ ਗ੍ਰੇਟ ਬ੍ਰਿਟੇਨ ਦੇ ਵਿਰੁੱਧ ਇੱਕ ਬਹੁਤ ਹੀ ਵੱਡੀ ਜਿੱਤ ਅੱਜ ਅਸੀਂ ਦੇਖੀ, ਔਰ ਇਹਦੇ ਵਿੱਚ
10 ਖਿਡਾਰੀਆਂ ਨਾਲ ਖੇਡਦੇ ਹੋਏ ਇਹ ਕਾਰਡ ਨੂੰ ਕਾਰਡ ਮਿਲਣ ਤੋਂ ਬਾਵਜੂਦ ਵੀ ਬਹੁਤ ਵਧੀਆ ਖੇਲੀ, ਬਹੁਤ ਟੀਮ ਖੇਲੀ। ਇਹਦੇ ਵਿੱਚ ਖਿਡਾਰੀਆਂ ਦਾ ਬਹੁਤ ਵੱਡਾ ਯੋਗਦਾਨ ਹੈ। ਇਹਦੇ ਵਿੱਚ ਸਿਰਜੇਸ਼ ਗੋਲਕੀਪਰ ਹੈ, ਇਹਦੀ ਜਿਹੜੀ ਅੱਜ ਦਾ ਰੋਲ ਸੀ ਬਹੁਤ ਪ੍ਰਭਾਵਿਤ ਸੀ, ਉਹਨੇ ਬਹੁਤ ਸਾਰੇ ਪਲੰਟੀ ਕੋਰਨਰ ਬਚਾਏ ਇਹਦੇ ਵਿੱਚ, ਅਤੇ ਸ਼ੂਟ ਆਊਟ ਦੇ ਵਿੱਚ ਵੀ ਇਹਨੇ ਜਿਤਾਇਆ। ਅਤੇ ਇਹਦੇ ਵਿੱਚ ਸਾਡੇ ਪੰਜਾਬ ਦੇ ਜੋ ਓਲੰਪੀਅਨ ਸੁਰਜੀਤ ਹਾਕੀ ਅਕੈਡਮੀ ਜਲੰਧਰ ਹੈ, ਇਹਦੇ ਵੀ 6 ਖਿਡਾਰੀ ਖੇਡ ਰਹੇ ਸੀ, ਜਿਹਨਾਂ 'ਚੋਂ ਹਰਮਨਪ੍ਰੀਤ ਕੈਪਟਨ, ਮਨਪ੍ਰੀਤ, ਹਾਰਦਿਕ, ਜਰਮਨਪ੍ਰੀਤ, ਸ਼ਮਸ਼ੇਰ ਸਿੰਘ ਅਤੇ ਮਨਦੀਪ ਸਿੰਘ। ਸੋ ਇੱਕ ਭਾਰਤੀ ਹਾਕੀ ਟੀਮ ਲਈ ਬਹੁਤ ਹੀ ਅੱਜ ਦਾ ਦਿਨ ਬਹੁਤ ਵਧੀਆ ਸੀਗਾ। ਸ਼ੁਕਰੀਆ ਜੀ। ਕੇ ਲਈ ਫੋਲੋ ਕਰੇ ਦੈਨਿਕ ਸਵੇਰਾ ਟੀਵੀ ਯੂਟਿਊਬ, ਫੇਸਬੁੱਕ, ਇੰਸਟਾਗ੍ਰਾਮ, ਐਕਸ ਔਰ WhatsApp ਚੈਨਲ ਪਰ।